ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰਿਸ਼ੀ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ। ਦੋਸਤੋ, ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਅਜਿਹੋ ਜੀ ਇੱਕ ਸ਼ਖਸੀਅਤ ਦੇ ਨਾਲ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਨੂੰ, ਗੁਰਮੁਖੀ ਨੂੰ ਬਣ ਦਾ ਸਤਿਕਾਰ ਦਿਵਾਉਣ ਦਾ ਬੀੜਾ ਚੁੱਕਿਆ ਹੋਇਆ। ਉਹ ਲਗਾਤਾਰ ਇਸ 'ਤੇ ਕੰਮ ਕਰ ਰਹੇ ਨੇ ਪਿਛਲੇ ਕਾਫੀ ਸਾਲਾਂ ਤੋਂ। ਜਿਸ ਤਰ੍ਹਾਂ ਆਪਾਂ ਅੱਜ ਦੇਖਦੇ ਹਾਂ ਕਿ ਸਾਡੇ ਪੰਜਾਬੀ ਭਾਈ ਹੀ ਪੰਜਾਬੀ ਮਾਂ ਬੋਲੀ ਤੋਂ ਕਿਨਾਰਾ ਕਰ ਰਹੇ ਨੇ। ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਜਿਸ ਸ਼ਖਸੀਅਤ ਦੇ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ, ਉਹ ਇੱਕ ਗੈਰ ਪੰਜਾਬੀ ਨੇ ਜਿਨ੍ਹਾਂ ਨੇ ਪੰਜਾਬੀ ਨੂੰ, ਪੰਜਾਬੀ ਭਾਸ਼ਾ ਨੂੰ, ਗੁਰਮੁਖੀ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਲਈ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਜੱਦੋ ਜਹਿਦ ਕਰ ਰਹੇ ਨੇ। ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂਗੇ, ਪ੍ਰੋਫੈਸਰ ਪੰਡਿਤ ਰਾਓ ਧਰਵੇਨਰ ਜੀ। ਪ੍ਰੋਫੈਸਰ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਸੀਂ ਸਾਡੇ ਪ੍ਰੋਗਰਾਮ ਵਿੱਚ ਆਉਣ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂਗੇ। ਪ੍ਰੋਫੈਸਰ ਸਾਹਿਬ, ਆਪਾਂ ਗੱਲ ਦੀ ਸ਼ੁਰੂਆਤ ਕਰਦੇ ਹਾਂ ਪਿਛੋਕੜ ਤੋਂ। ਤੁਸੀਂ ਕਿੱਥੋਂ ਬਿਲੋਂਗ ਕਰਦੇ ਪਿੱਛੋਂ? ਜੀ, ਮੈਂ ਕਰਨਾਟਕ ਤੋਂ, ਇੰਡੀ ਤਾਲੁਕ, ਬਿਜਾਪੁਰ ਜ਼ਿਲ੍ਹਾ, ਦੱਖਣ ਭਾਰਤ ਤੋਂ। ਠੀਕ ਹੈ ਜੀ। ਪੰਜਾਬ ਆਉਣ ਦਾ ਸਬੱਬ ਕਿੱਦਾਂ ਬਣਿਆ? ਜੀ, ਅਸਲ ਵਿੱਚ 2003 ਦੇ ਵਿੱਚ ਮੈਂ ਸਰਕਾਰੀ ਕਾਲਜ ਸੈਕਟਰ 42 ਵਿੱਚ ਸਹਾਇਕ ਪ੍ਰੋਫੈਸਰ ਵਜੋਂ ਨੌਕਰੀ ਦੀ ਸ਼ੁਰੂਆਤ ਕੀਤੀ ਅਤੇ ਕੇਂਦਰ ਲੋਕ ਸੇਵਾ ਆਯੋਗ ਦਿੱਲੀ ਤੋਂ ਨਿਯੁਕਤ ਹੋ ਕੇ 2003 ਦੇ ਵਿੱਚ ਮੈਂ ਸਰਕਾਰੀ ਕਾਲਜ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਆਇਆ ਜੀ। ਤੁਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਗੁਰਮੁਖੀ ਨੂੰ ਉਹਦਾ ਬਣਦਾ ਦਰਜਾ ਦਿਵਾਉਣ ਦੀ ਕੰਮ ਕਰ ਰਹੇ ਹੋ। ਇੱਕ ਵੱਖਰੇ ਸੱਭਿਆਚਾਰ ਤੋਂ ਆ ਕੇ, ਵੱਖਰੀ ਸਟੇਟ ਤੋਂ ਆ ਕੇ, ਤੁਹਾਡੇ ਮਨ 'ਚ ਕਿੱਦਾਂ ਪੈਦਾ ਹੋਇਆ ਕਿ ਗੁਰਮੁਖੀ ਨੂੰ ਬਣਦਾ ਸਤਿਕਾਰ ਦਿਵਾਇਆ ਜਾਵੇ? ਗੁਰਮੁਖੀ ਪ੍ਰਤੀ ਪਿਆਰ ਕਿੱਦਾਂ ਤੁਹਾਡੇ ਮਨ 'ਚ? ਜੀ ਜੀ, ਇਹ ਕੋਈ ਪਰਮਾਤਮਾ ਦੀ ਮਿਹਰ ਹੈ ਕਿ ਇਸ ਪਾਸਾ ਸਿੱਖਣ ਤੋਂ ਬਾਅਦ ਮੈਂ ਖੁਦ ਪਵਿੱਤਰ ਹੋਇਆ ਹਾਂ। ਅਸਲ ਵਿੱਚ 2003 ਦੇ ਵਿੱਚ ਨੌਕਰੀ ਜੁਆਇਨ ਕਰਨ ਤੋਂ ਬਾਅਦ 2005 ਤੱਕ ਸਾਡੇ ਕਾਲਜ ਦੇ ਵਿੱਚ ਮੈਂ ਸਿਰਫ ਅੰਗਰੇਜ਼ੀ ਵਿੱਚ ਹੀ ਸੋਸ਼ਲੋਜੀ ਪੜ੍ਹਾਉਂਦੇ ਰਿਹਾ। ਅੱਛਾ। ਕਿ ਮੈਨੂੰ ਇੱਕ ਦਿਨ ਇੱਦਾਂ ਲੱਗਿਆ 2 ਸਾਲ ਤੋਂ ਬਾਅਦ ਕਿ ਕਲਾਸ ਦੇ ਵਿੱਚ ਤਾਂ 80% ਤੋਂ ਵੱਧ ਬੱਚੇ ਪੰਜਾਬ ਤੋਂ ਆਉਂਦੇ ਨੇ ਜਿਨ੍ਹਾਂ ਦੇ ਮਾਂ ਬੋਲੀ ਪੰਜਾਬੀ ਹੈ, ਪਰ ਮੈਂ ਅੰਗਰੇਜ਼ੀ ਵਿੱਚ ਸੋਸ਼ਲੋਜੀ ਪੜ੍ਹਾਉਂਦੇ ਰਿਹਾ, ਜੋ ਪਾਪ ਹੈ। ਮੈਂ ਸੋਚਿਆ ਕਿ ਮੈਨੂੰ ਪੰਜਾਬੀ ਭਾਸ਼ਾ ਸਿੱਖ ਕੇ ਪੰਜਾਬੀ 'ਚ ਹੀ ਉਹਨਾਂ ਨੂੰ ਸੋਸ਼ਲੋਜੀ ਸਿਖਾਉਣ ਦੀ ਲੋੜ ਹੈ। ਇਸ ਲਈ ਮੈਂ ਪੰਜਾਬੀ ਸਿੱਖੀ। 2005 ਤੋਂ ਸ਼ੁਰੂਆਤ ਕਰਨ ਤੋਂ ਬਾਅਦ 2007 ਤੱਕ ਪੰਜਾਬੀ ਭਾਸ਼ਾ ਸਿੱਖ ਕੇ ਪੰਜਾਬੀ 'ਚ ਹੀ ਉਹਨਾਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਕਾਲਜ ਵਿੱਚ ਬੱਚੇ ਦੀ ਰਿਜ਼ਲਟ ਵੀ ਵਧੀਆ ਆਉਣ ਲੱਗੇ। ਬਸ ਇੱਕੋ ਇੱਕ ਪਰਮਾਤਮਾ ਦੀ ਇੰਨੀ ਹੋਈ, ਗੁਰਮੁਖੀ ਸਿੱਖਣ ਤੋਂ ਬਾਅਦ ਮੇਰੇ ਗੁਰੂ ਨਾਨਕ ਜੀ ਵੱਲੋਂ ਜਪਿਆ ਸ੍ਰੀ ਜਪਜੀ ਸਾਹਿਬ ਨੂੰ ਅਨੁਵਾਦ ਕਰਨ ਦਾ ਕਿਰਪਾ ਹੋਈ ਹੈ। ਉਸ ਤੋਂ ਬਾਅਦ ਸ੍ਰੀ ਜਪਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ, ਜਫਰਨਾਮਾ ਦੀ ਅਨੁਵਾਦ ਹੋ ਗਈ। ਬਸ ਕਿਰਪਾ ਜੀ। ਤੁਸੀਂ ਜਪਜੀ ਸਾਹਿਬ, ਜਫਰਨਾਮਾ ਸਾਹਿਬ, ਸੁਖਮਨੀ ਸਾਹਿਬ ਕੰਨੜ ਭਾਸ਼ਾ ਦੇ ਵਿੱਚ ਅਨੁਵਾਦ ਕੀਤਾ ਜੀ, ਅਤੇ ਉਹ ਸਬੱਬ ਕਿੱਦਾਂ ਬਣਿਆ? ਜੀ, ਇਹ ਇੱਕੋ ਪਰਮਾਤਮਾ ਦੀ ਮਿਹਰ ਹੈ। ਇਹ ਗੁਰਮੁਖੀ ਪਵਿੱਤਰ ਭਾਸ਼ਾ ਹੈ। ਇਹ ਸਿੱਖਣ ਤੋਂ ਬਾਅਦ ਮੈਂ ਮੇਰੇ ਇਹ ਜਿਹੜੀ ਗਿਆਨ ਹੈ ਗੁਰਮੁਖੀ ਦੀ, ਉਹ ਸਿਰਫ ਕਲਾਸ ਦੇ ਤੱਕ ਸੀਮਿਤ ਨਹੀਂ ਰੱਖਿਆ। ਮੈਂ ਸੋਚਿਆ ਕਿ 500 ਸਾਲ ਤੋਂ ਪਹਿਲਾਂ ਜੇਕਰ ਗੁਰੂ ਨਾਨਕ ਸਾਹਿਬ ਤੋਂ ਜਪੇ ਉਹ ਗੁਰੂ ਜਪਜੀ ਸਾਹਿਬ ਨੂੰ, ਮੇਰੇ ਮਾਂ ਬੋਲੀ ਕਰਨਾਟਕ ਦੇ ਲੋਕ 8 ਕਰੋੜ ਦੇ ਲੋਕਾਂ ਤੱਕ ਹੁਣ ਤੱਕ ਨਹੀਂ ਪਹੁੰਚਿਆ ਕੰਨੜ ਦੇ ਵਿੱਚ, ਅਤੇ ਨਾ ਇਨਸਾਫੀ ਕੰਨੜ ਲੋਕਾਂ ਲਈ। ਇਸ ਲਈ ਸੋਚਿਆ ਕਿ ਜਪਜੀ ਸਾਹਿਬ ਤੁਰੰਤ ਅਨੁਵਾਦ ਹੋ ਕੇ ਪਹੁੰਚਣ ਦੀ ਲੋੜ ਹੈ। ਇਸ ਲਈ ਮੈਂ ਜਪਜੀ ਸਾਹਿਬ ਪਹਿਲਾ ਕਾਰਜ ਹੋਇਆ ਗੁਰਮੁਖੀ ਸਿੱਖਣ ਤੋਂ ਬਾਅਦ ਜਪਜੀ ਸਾਹਿਬ ਨੂੰ ਅਨੁਵਾਦ ਕਰਕੇ ਕਰਨਾਟਕ ਦੇ ਪ੍ਰੋਫੈਸਰਸ, ਕਾਲਜ, ਯੂਨੀਵਰਸਿਟੀ, ਸਕੂਲ ਦੇ ਵਿੱਚ ਹਰ ਥਾਂ 'ਤੇ ਪਹੁੰਚਾਇਆ। ਲੋਕ ਪ੍ਰਭਾਵਿਤ ਹੋਏ ਨੇ ਉੱਥੇ ਗੁਰਦੁਆਰਾ ਸਾਹਿਬ ਬਣਾ ਕੇ, ਲੋਕ ਖੁਦ ਪੈਸੇ ਇਕਜੁੱਟ ਕਰਕੇ ਗੁਰਦੁਆਰਾ ਸਾਹਿਬ ਬਣਾ ਕੇ ਉੱਥੇ ਜਪਜੀ ਸਾਹਿਬ ਜੋ ਕੰਨੜ ਵਿੱਚ ਅਨੁਵਾਦ ਉਹ ਪ੍ਰਕਾਸ਼ਿਤ ਕੀਤੇ ਨੇ। ਇੰਨੀ ਸ਼ਕਤੀ ਦੇਖੋ ਤੁਰਕੀ ਬਾਣੀ ਦੇ ਵਿੱਚ, ਬਾਬਾ ਨਾਨਕ ਦੇ ਬਾਣੀ ਵਿੱਚ ਇੰਨੀ ਸ਼ਕਤੀ ਹੈ ਕਿ ਹੁਣ ਵੀ ਪ੍ਰਭਾਵਸ਼ਾਲੀ ਹੈ ਕਰਨਾਟਕ ਦੇ ਵਿੱਚ। ਠੀਕ ਹੈ ਜੀ। ਤੁਸੀਂ ਪਿਛਲੇ ਲੰਬੇ ਸਮੇਂ ਤੋਂ ਗੁਰਮੁਖੀ ਲਈ ਕੰਮ ਕਰਦੇ ਹੋ। ਪੰਜਾਬ ਵਿੱਚ ਬਹੁਤ ਸਾਰੇ ਲੇਖ ਨੇ, ਸਹਿਤ ਸਭਾਵਾਂ ਬਣੀਆਂ ਹੋਈਆਂ ਜਾਂ ਸਰਕਾਰੀ ਅਦਾਰੇ ਨੇ, ਉਹਨਾਂ ਨੇ ਤੁਹਾਡੇ ਕਿਤੇ ਕੋਈ ਮਦਦ ਕੀਤੀ ਇਸ ਖੇਤਰ ਦੇ? ਜੀ ਜੀ, ਬਿਲਕੁਲ। ਬਹੁਤ ਸਾਰੇ ਲੋਕ ਮੇਰੇ ਨਾਲ ਨੇ, ਬਹੁਤ ਹਮਦਰਦੀ ਨਾਲ ਕੰਮ ਕਰਦੇ ਨੇ, ਮੇਰੇ ਨਾਲ ਮਿਲ ਕੇ, ਮੇਰੇ ਸਾਥ ਨਾਲ ਬੈਠ ਕੇ ਕੰਮ ਕਰਦੇ ਨੇ, ਗੱਲਬਾਤ ਕਰਦੇ ਨੇ, ਪੰਜਾਬੀ ਸਾਹਿਤ ਦੀ ਵਿਕਾਸ ਪ੍ਰਫੁੱਲਿਤ ਲਈ ਸੋਚਦੇ ਨੇ। ਮੇਰੇ ਨਾਲ ਸਭ ਤੋਂ ਵੱਡਾ ਪੱਧਰ 'ਤੇ ਨਾਲ ਨੇ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ 2005 ਦੇ ਵਿੱਚ ਮੈਨੂੰ ਉਹ ਸ਼੍ਰੋਮਣੀ ਲਿਖਾਰੀ ਵਿਸ਼ੇਸ਼ ਪੁਰਸਕਾਰ 1 ਲੱਖ ਰੁਪਏ ਨਾਲ ਨਿਵਾਜਾ ਹੈ। ਲੋਕ, ਪੰਜਾਬੀ ਲੋਕ ਮੇਰੇ ਨਾਲ ਨੇ, ਉਹ ਬਹੁਤ ਖੁਸ਼ ਨੇ ਕਿ ਇਹ ਕਰਨਾਟਕ ਤੋਂ ਆ ਕੇ ਪੰਜਾਬੀ ਦੇ ਕੰਮ ਕਰ ਰਹੇ ਨੇ, ਸਾਰੇ ਨਾਲ ਨੇ। ਮੈਨੂੰ ਲੱਗਦਾ ਹੈ ਸਭ ਰਲ ਮਿਲ ਕੇ ਪੰਜਾਬੀ ਭਾਸ਼ਾ ਗੁਰਮੁਖੀ ਲਿਪੀ ਦੀ ਪ੍ਰਫੁੱਲਤ ਲਈ ਕੰਮ ਕਰਨ ਦੀ ਲੋੜ ਹੈ ਜੀ। ਪਿਛਲੇ ਲੰਬੇ ਸਮੇਂ ਤੋਂ ਖਾਸ ਕਰ ਰਾਜਾਂ ਦੇ ਵਿੱਚ ਜੀ ਹਿੰਦੀ ਜਾਣ ਵਿੱਚ ਲੋਕਾਂ ਦੇ ਉੱਪਰ ਥੋਪੀ ਜਾ ਰਹੀ ਜੀ ਜੀ ਖੇਤਰੀ ਭਾਸ਼ਾਵਾਂ ਨੂੰ ਖਤਮ ਕੀਤਾ ਜਾ ਜੀ ਜੀ ਉਹਦੇ ਬਾਰੇ ਕੀ ਸੋਚਦੇ ਜੀ ਜੀ ਬਿਲਕੁਲ ਗਲਤ ਹੈ। ਸਾਡੇ ਦੇਸ਼ ਦੀ ਅਖੰਡਤਾ ਨੂੰ ਜੇਕਰ ਬਰਕਰਾਰ ਰੱਖਣਾ ਹੈ,
ਖੇਤਰੀ ਭਾਸ਼ਾ ਸੂਬੇ ਦੀ ਭਾਸ਼ਾ ਨੂੰ ਬਰਕਰਾਰ ਰੱਖਣ ਦੀ ਲੋੜ ਹੈ, ਖੇਤਰੀ ਭਾਸ਼ਾ ਦੀ ਮਹੱਤਤਾ ਨੂੰ ਉੱਪਰ ਰੱਖਣ ਦੀ ਲੋੜ ਹੈ। ਜੇਕਰ ਤੁਸੀਂ ਹਿੰਦੀਕਰਨ ਥੋਪਣ ਦੀ ਕੰਮ ਕਰੋਗੇ, ਇਸ ਦੇਸ਼ ਦੀ ਅਖੰਡਤਾ 'ਤੇ ਖਤਰਾ ਹੋਏਗੀ। ਇਹ ਸੱਚਾਈ ਹੈ, ਕਿਉਂਕਿ ਸਾਡੀ ਦੇਸ਼ ਦੀ ਵਿਰਾਸਤ ਸਭ ਕੁਛ ਇਹ ਅਖੰਡਤਾਪਨ ਸਿਰਫ ਖੇਤਰੀ ਭਾਸ਼ਾ ਦੇ ਵਿੱਚ ਛੁਪੀ ਹੈ। ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੀ ਇਹ ਪਿਛਲੇ ਸਾਲ ਕਿਹਾ ਹੈ ਕਿ ਖੇਤਰੀ ਭਾਸ਼ਾ ਨੂੰ ਸਨਮਾਨ ਕਰਨ ਦੀ ਲੋੜ ਹੈ, ਇੱਕ ਦੂਜੇ ਦੀ ਸੂਬੇ ਦੇ ਲੋਕ ਇੱਕ ਦੂਜੇ ਦੀ ਭਾਸ਼ਾ ਸਿੱਖੋ। ਮਾਨਯੋਗ ਪ੍ਰਧਾਨ ਮੰਤਰੀ ਦੀ ਇਹ ਬਿਆਨ ਸੀ ਪਿਛਲੇ ਸਾਲ, ਕਹਿਣ ਦਾ ਭਾਵ ਹੈ ਭਾਵੇਂ ਸਰਕਾਰ ਇਸ ਦਿਸ਼ਾ 'ਤੇ ਕੰਮ ਕਰ ਰਹੀ ਹੈ, ਪਰ ਕੁਛ ਸੰਸਥਾ ਵੱਲੋਂ ਕੁਛ ਸਾਜਿਸ਼ ਨਾਲ ਕੁਛ ਕੰਮ ਚੱਲ ਰਿਹਾ, ਉਹ ਹਿੰਦੀਕਰਨ ਕਰਨ ਦੀ ਉਹ ਲੋਕ ਸਫਲ ਨਹੀਂ ਹੋਣਗੇ ਜਦ ਤੱਕ ਪੰਜਾਬੀ ਲੋਕ, ਕੰਨੜਾ ਲੋਕ, ਮਰਾਠੀ ਲੋਕ ਜਾਂ ਬੰਗਾਲੀ ਲੋਕ ਆਪਣੀ ਪਹਿਚਾਣ ਨੂੰ, ਹੋਂਦ ਨੂੰ ਬਚਾਉਣ ਲਈ ਸੰਘਰਸ਼ ਕਰਨਗੇ ਅਤੇ ਖੇਤਰੀ ਭਾਸ਼ਾ ਜਿਉਂਦੇ ਰਹਿਣਗੇ ਅਤੇ ਸਾਡੀ ਦੇਸ਼ ਦੀ ਅਖੰਡਤਾ ਬਰਕਰਾਰ ਰਹੇਗੀ। ਜੋ ਤੁਸੀਂ ਕਾਰਜ ਕਰ ਰਹੇ ਹੋ ਇਹਤੇ ਪੈਸਾ ਵੀ ਲੱਗਦਾ ਹੈਗਾ, ਫ੍ਰੀ ਤਾਂ ਨਹੀਂ ਹੁੰਦਾ, ਪੈਸਾ ਅਰੇਂਜ ਕਿੱਦਾਂ ਹੁੰਦਾ ਹੈਗਾ ਜੀ? ਇਹ ਕੋਈ ਪਰਮਾਤਮਾ ਦੀ ਮਿਹਰ ਹੈ ਕਿ ਮੈਂ ਅਸਿਸਟੈਂਟ ਪ੍ਰੋਫੈਸਰ ਹਾਂ, ਸਹਾਇਕ ਪ੍ਰੋਫੈਸਰ ਹਾਂ। 70,000 ਰੁਪਏ ਮੈਨੂੰ ਤਨਖਾਹ ਮਿਲਦੀ ਹੈ ਹਰ ਮਹੀਨੇ, ਉਸ 70,000 ਰੁਪਏ ਦੇ ਵਿੱਚ ਕਰ ਚਲਾਉਣ ਤੋਂ ਬਾਅਦ ਵੀ ਮੇਰੇ ਕੋਲ ਪੈਸਾ ਰਹਿੰਦੀ ਹੈ। ਉਸ ਤੋਂ 30,000 ਰੁਪਏ, 70,000 ਰੁਪਏ ਦੇ ਤਨਖਾਹ ਵਿੱਚ 30,000 ਰੁਪਏ ਮੈਂ ਇਹ ਪੰਜਾਬੀ ਭਾਸ਼ਾ ਦੀ ਪ੍ਰਫੁੱਲਤ ਲਈ ਰੱਖਿਆ ਹੋਇਆ ਹੈ। ਭਾਵੇਂ ਕੁਛ ਵੀ ਹੋਵੇ, ਮੈਂ ਕਿਸੇ ਤੋਂ ਵੀ ਪੈਸੇ ਨਾ ਮੰਗਦਾ ਹੈ, ਨਾ ਕਿਸੇ ਤੋਂ ਮੈਂ ਸਵੀਕਾਰ ਕਰਦਾ ਹੈ, ਕਿਉਂਕਿ ਕਿਰਪਾ ਹੀ ਨਹੀਂ ਹੋਈ ਹੈ ਕਿ 70,000 ਰੁਪਏ ਬਹੁਤ ਹੁੰਦੀ ਹੈ। ਅਤੇ ਇਹ ਮੈਨੂੰ ਲੱਗਦਾ ਹੈ ਸਾਰੇ ਲੋਕ, ਇੱਕ ਕਾਨਸੈਪਟ ਵੀ ਹੈ ਕਿ ਦਸਵੰਤ ਕੱਢਣਾ, ਸਾਰੇ ਲੋਕ ਦਸਵੰਤ ਕੱਢ ਕੇ ਆਪਣੇ ਖੇਤਰ 'ਤੇ ਕਰ ਦੇ ਸਾਹਮਣੇ ਪੰਜਾਬੀ ਬੋਰਡ ਬਣਾ ਕੇ ਪੰਜਾਬੀ ਕਿਤਾਬ ਖਰੀਦਣਾ, ਇਹ ਕਰਨਗੇ ਤਾਂ ਪੰਜਾਬੀ ਭਾਸ਼ਾ ਦੀ ਪ੍ਰਫੁੱਲਤ ਹੋ ਸਕਦੀ ਹੈ। ਪੈਸੇ ਮਾਇਆ ਕੁਛ ਨਹੀਂ ਹੈ, ਸ਼ਾਸ਼ਵਤ ਰਹਿਣ ਵਾਲਾ ਹੈ ਭਾਸ਼ਾ। ਅਸੀਂ ਸਾਰੇ ਮੁੱਕ ਜਾਣਾ ਹੈ, ਖਤਮ ਹੋ ਜਾਣਾ ਹੈ, ਮਾਇਆ ਵੀ ਤੁਹਾਡੇ ਕੋਲ ਹੈ ਉਹ ਵੀ ਖਤਮ ਹੋ ਜਾਣਾ, ਪਰ ਸਦਾ ਸਦਾ ਲਈ ਜਿੰਦਾ ਰਹਿਣਾ ਹੈ ਭਾਸ਼ਾ। ਇਸ ਭਾਸ਼ਾ ਨੂੰ ਜਿੰਦਾ ਜਿਉਂਦ ਰੱਖਣ ਲਈ ਸਾਨੂੰ ਕੰਮ ਕਰਨਾ ਹੈ। ਪੰਜਾਬੀ ਗਾਇਕ ਵੀ ਬੜੇ ਜ਼ੋਰ ਸ਼ੋਰ ਨਾਲ ਕਹਿੰਦੇ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ, ਤੁਸੀਂ ਕੀ ਸਮਝਦੇ ਹੋ ਜੀ? ਮੈਨੂੰ ਨਹੀਂ ਲੱਗਦਾ ਪੰਜਾਬ ਦੇ ਅੱਜ ਕੱਲ੍ਹ ਦੇ ਗਾਇਕ ਪੰਜਾਬੀ ਭਾਸ਼ਾ ਦੇ ਪ੍ਰਫੁੱਲਤ ਲਈ ਕੋਈ ਕੰਮ ਕਰ ਰਹੇ ਨੇ, ਮੈਨੂੰ ਇੱਕ ਵੀ ਨਹੀਂ ਦਿਸਦਾ ਹੈ। ਇੱਕ ਵੀ ਗਾਇਕ ਮੈਨੂੰ ਦੱਸ ਦਿਓ ਕਿ ਪੰਜਾਬ ਹਾਈਵੇ 'ਤੇ, ਪੰਜਾਬ ਦੇ ਹਾਈਵੇ 'ਤੇ ਪੰਜਾਬੀ ਥੱਲੇ ਲਿਖਿਆ ਜਾ ਰਿਹਾ ਹੈ, ਹਿੰਦੀ ਸਭ ਤੋਂ ਉੱਪਰ ਲਿਖਿਆ ਜਾ ਰਿਹਾ। ਕੋਈ ਇੱਕ ਗਾਇਕ ਦਾ ਨਾਂ ਦੱਸੋ ਮੈਨੂੰ ਜੋ ਖੜ ਕੇ ਦੱਸਿਆ ਹੋਇਆ ਕਿ ਪੰਜਾਬੀ ਕਿਉਂ ਥੱਲੇ ਲਿਖਿਆ ਗਿਆ। ਇਹ ਲੋਕ ਮਨ ਮਰਜ਼ੀ ਗਾਣਾ ਬਣਾ ਕੇ, ਉਹ ਵੀ ਹਥਿਆਰੀ ਗਾਣੇ, ਸ਼ਰਾਬੀ ਗਾਣੇ, ਔਰਤ ਨੂੰ ਕਮਜ਼ੋਰ ਦੱਸਣ ਵਾਲੇ ਗਾਣਾ ਬਣਾ ਕੇ, ਮਨ ਮਰਜ਼ੀ ਗਾਣਾ ਬਣਾ ਕੇ ਵਜਾ ਰਹੇ ਨੇ, ਪੈਸੇ ਇੱਕਜੁੱਟ ਕਰ ਰਹੇ ਨੇ, ਮਾਇਆ ਇੱਕਜੁੱਟ ਕਰ ਰਹੇ ਨੇ। ਇੰਨਾ ਪਾਪੀ ਲੋਕਾਂ ਨੂੰ ਮੈਂ ਗਾਇਕ ਨਹੀਂ ਮੰਨਦਾ ਇਹਨਾਂ ਨੂੰ, ਨਾ ਹੀ ਇਹ ਕਲਾਕਾਰ ਹੈ। ਇਹ ਲੋਕ ਪਾਪੀ ਲੋਕ ਨੇ ਜੋ ਪਵਿੱਤਰ ਪੰਜਾਬ ਦੀ ਭਾਸ਼ਾ ਦੀ ਵਰਤੋਂ ਕਰਕੇ ਮਾਇਆ ਇੱਕਜੁੱਟ ਕਰ ਰਹੇ ਨੇ। ਇਹਨਾਂ ਨੂੰ ਸਜ਼ਾ ਹੋਏਗੀ, ਵੇਖੋ ਪਰਮਾਤਮਾ ਦੇ ਦਰਵਾਜ਼ੇ ਵਿੱਚ ਉਹਨਾਂ ਨੂੰ ਸਜ਼ਾ ਹੋਣਾ ਹੈ, ਕਿਉਂਕਿ ਭਾਸ਼ਾ ਨਾਲ ਧੱਕਾ ਜੋ ਵੀ ਕੀਤੇ ਨੇ, ਭਾਵੇਂ ਸਿਰਸਾ ਦਾ ਹੋਵੇ, ਭਾਵੇਂ ਕੋਈ ਹੋਵੇ, ਸਾਰੇ ਭਾਸ਼ਾ ਨਾਲ ਜੁੜੀ ਇਨਸਾਨ ਨਾ ਇਨਸਾਫ ਕੀਤੀ, ਉਹਨਾਂ ਨੂੰ ਸਜ਼ਾ ਹੋਈ ਹੈ, ਹੋਣਗੇ ਸਭ ਨੂੰ। ਇਸ ਲਈ ਇਹ ਗਾਇਕ ਨਹੀਂ ਮੰਨਦਾ, ਇਹ ਲੋਕ ਆਪਣੀ ਪ੍ਰਚਾਰ ਲਈ, ਆਪਣੀ ਮਾਇਆ ਲਈ ਉਹ ਗਾਣਾ ਗਾ ਰਹੇ ਨੇ। ਪਰ ਇੱਕ ਇਹੋ ਜਿਹਾ ਗਾਣੇ ਲੱਖ ਕੁੜੀ ਦਾ, 28 ਕੁੜੀ ਦਾ, ਪੰਜਾਬ ਚੰਡੀਗੜ੍ਹ 'ਚ ਕੁੜੀ ਮਿਲੀ ਚੋਕਲੇਟ ਵਰਗੀ, ਕਰਦੀ ਸ਼ਰਾਬ ਹੋਵੇ ਆਪਣਾ ਪੰਜ, ਇਹ ਗਾਇਕ ਲੋਕ ਨਹੀਂ ਹੋ ਸਕਦੇ। ਇਹ ਲੋਕ ਆਪਣੀ ਸ਼ੋਹਰਤ, ਆਪਣੀ ਕਮਾਈ, ਆਪਣੀ ਮਾਇਆ ਦੀ ਕੰਮ ਕਰਦੇ ਨੇ, ਪੰਜਾਬੀ ਪ੍ਰਫੁੱਲਤ ਦੀ ਕੰਮ ਨਹੀਂ ਹੋ ਰਿਹਾ। ਜੇ ਹੁੰਦਾ ਤਾਂ ਉਹ ਵੱਖਰੀ ਹੁੰਦਾ ਪੰਜਾਬੀ। ਤੁਸੀਂ ਚੰਡੀਗੜ੍ਹ PG ਦੇ ਵਿੱਚ ਵੀ ਡਾਕਟਰਾਂ ਨੂੰ ਪੰਜਾਬੀ ਸਿਖਾ ਰਹੇ ਹੋ ਜੀ, ਉਹਦੇ ਬਾਰੇ ਕੁਛ ਜੀ? ਦੇਖੋ ਪਰਮਾਤਮਾ ਦੀ ਮਿਹਰ, ਦੇਖੋ ਇਹ ਭਾਸ਼ਾ ਦੀ ਸ਼ਕਤੀ, ਦੇਖੋ ਇਹ ਭਾਸ਼ਾ ਪੰਜਾਬ ਤੱਕ ਜਾਂ ਕੋਈ ਖੇਤਰ ਤੱਕ, ਕੋਈ ਧਰਮ ਤੱਕ ਸੀਮਿਤ ਨਹੀਂ ਹੋ ਸਕਦੀ। ਉਦਾਹਰਨ ਤੌਰ 'ਤੇ PGI ਦੇ ਵਿੱਚ ਸਭ ਤੋਂ ਵੱਧ ਡਾਕਟਰ ਦੱਖਣ ਭਾਰਤ ਤੋਂ ਆਉਂਦੇ ਨੇ, 750 ਤੋਂ ਵੱਧ। ਬਿਲਕੁਲ, ਮਰੀਜ਼ ਵੀ ਪੰਜਾਬ ਤੋਂ ਪਹੁੰਚਦੇ ਨੇ, ਮਰੀਜ਼ ਨੂੰ ਇਲਾਜ ਕਰਨ ਵਾਲੇ ਲੋਕ ਦੱਖਣ ਭਾਰਤ ਡਾਕਟਰ, ਮਰੀਜ਼ ਨੂੰ ਪੰਜਾਬੀ ਬੋਲਦੇ ਹੈ, ਡਾਕਟਰ ਨੂੰ ਸਮਝ ਨਹੀਂ। ਇਸ ਲਈ ਮੈਂ ਪੰਜਾਬੀ ਭਾਸ਼ਾ ਸਿੱਖਣ ਤੋਂ ਬਾਅਦ ਦੱਖਣ ਭਾਰਤ ਦੇ ਡਾਕਟਰ ਨੂੰ ਪੰਜਾਬੀ ਸਿਖਾ ਰਿਹਾ, ਤਾਂ ਕਿ ਉਹ ਡਾਕਟਰ ਸਾਹਿਬ ਮਰੀਜ਼ ਨਾਲ ਪੰਜਾਬੀ 'ਚ ਗੱਲ ਕਰ ਸਕੀਏ, ਮਰੀਜ਼ ਦੇ ਦਰਦ ਨੂੰ ਸਮਝ ਸਕੀਏ, ਤਾਂ ਬਿਹਤਰੀ ਇਲਾਜ ਹੋ ਸਕੇ। ਕਿਉਂਕਿ ਜੇਕਰ ਡਾਕਟਰ ਪੰਜਾਬੀ ਵਿੱਚ ਬੋਲਣਗੇ, ਮਾਂ ਬੋਲੀ 'ਚ ਬੋਲਣਗੇ, ਸਾਡੀ ਬਿਮਾਰੀ 50% ਠੀਕ ਹੋ ਜਾਂਦੀ ਹੈ। ਇਸ ਲਈ ਮੈਂ PGI ਵਿੱਚ ਪੰਜਾਬੀ ਪੜ੍ਹਾ ਰਿਹਾ। ਆਉਣ ਵਾਲੇ ਦਿਨਾਂ 'ਚ ਕੀ ਕਰ ਰਹੇ? ਮੈਂ ਇੱਕੋ ਇੱਕ ਪਰਮਾਤਮਾ ਦੀ ਮਿਹਰ ਹੈ, ਇਸ ਪੰਜਾਬੀ ਭਾਸ਼ਾ ਨੂੰ ਬਣਦਾ ਹੋਇਆ ਦਰਜਾ ਮੈਂ ਜ਼ਰੂਰ ਦਿਲਾਉਣ ਲਈ, ਔਰ ਇਸ ਪੰਜਾਬੀ ਭਾਸ਼ਾ ਦੀ
ਪ੍ਰਫੁੱਲਤ ਲਈ ਆਖਰੀ ਸਾਹ ਤੱਕ ਕੰਮ ਕਰਦਾ ਰਹਾਂਗਾ, ਕਿਉਂਕਿ ਇਸ ਤੋਂ ਵੱਧ ਕੋਈ ਕੰਮ ਨਹੀਂ ਹੋ ਸਕਦਾ, ਕਿਉਂਕਿ ਇਹ ਸੱਭਿਆਚਾਰ ਹੈ, ਵਿਰਾਸਤ ਹੈ, ਇਸ ਦੇ ਵਿੱਚ ਸਭ ਕੁਛ ਹੈ। ਇੱਕ ਉਹ ਪਰਮਾਤਮਾ ਤੱਕ ਪਹੁੰਚਾਉਣ ਵਾਲੀ ਇਹ ਭਾਸ਼ਾ ਹੈ, ਇਹ ਭਾਸ਼ਾ ਨੂੰ ਸਦਾ ਜਿਉਂਦੇ ਰੱਖਣ ਦੇ ਲਈ ਮੈਂ ਆਪਣੇ ਆਪ ਨੂੰ ਸਮਰਪਿਤ ਕਰਾਂਗਾ। ਪ੍ਰੋਫੈਸਰ ਸਾਹਿਬ, ਜਦੋਂ ਕਿਸੇ ਧਰਮ ਨੂੰ ਸੱਭਿਆਚਾਰ ਨੂੰ ਖਤਮ ਕਰਨਾ ਹੋਵੇ ਤਾਂ ਸਭ ਤੋਂ ਪਹਿਲਾਂ ਉਹਦੀ ਬੋਲੀ ਖਤਮ ਕੀਤੀ ਜਾਂਦੀ ਹੈ। ਪੰਜਾਬ ਦੇ ਵਿੱਚ ਲਗਾਤਾਰ ਪਿਛਲੇ ਸਮੇਂ ਲੰਬੇ ਸਮੇਂ ਤੋਂ ਹੋ ਰਿਹਾ ਹੈਗਾ, ਇਹਦੇ ਬਾਰੇ ਕੀ ਕਹਿਣਾ? ਜੀ ਬਿਲਕੁਲ, ਤੁਸੀਂ ਬਿਲਕੁਲ ਸਹੀ ਕਿਹਾ। ਇਸ ਦੁਨੀਆਂ ਦੇ ਵਿੱਚ ਉਦਾਹਰਣ ਬਹੁਤ ਹੈ, ਕਿਸੇ ਨੂੰ ਖਤਮ ਕਰਨਾ, ਭਾਸ਼ਾ ਨੂੰ ਖਤਮ, ਇਹ ਸਾਜਿਸ਼ ਪੰਜਾਬ ਵਿੱਚ ਹੋ ਰਿਹਾ ਜੀ। ਪੰਜਾਬ ਦੀ ਹੋਂਦ ਨੂੰ ਹੀ ਖਤਮ ਕਰਨ ਲਈ, ਪੰਜਾਬੀ ਭਾਸ਼ਾ ਪ੍ਰਤੀ ਪੰਜਾਬ ਦੀ ਖਤਮ ਕਰਨ ਦੀ ਸਾਜਿਸ਼ ਤੁਹਾਨੂੰ ਪੰਜਾਬ ਦੇ ਹਾਈਵੇ 'ਤੇ ਦਿਸਦੀ ਹੈ। ਹਿੰਦੀ ਉੱਪਰ ਲਿਖਣ ਦੀ ਕੀ ਲੌਜਿਕ ਹੈ? ਪੰਜਾਬ ਦੇ ਉੱਤੇ ਪੰਜਾਬੀ ਸਭ ਤੋਂ ਉੱਪਰ ਲਿਖੋ। ਜੇਕਰ ਕਰਨਾਟਕ ਦੇ ਹਾਈਵੇ 'ਤੇ, ਨੈਸ਼ਨਲ ਹਾਈਵੇ 'ਤੇ ਪੰਜਾਬ ਕੰਨੜਾ ਸਭ ਤੋਂ ਉੱਪਰ ਲਿਖ ਸਕਦੇ ਨੇ, ਪੰਜਾਬ ਵਿੱਚ ਕਿਉਂ ਨਹੀਂ ਲਿਖਦੇ? ਸਾਜਿਸ਼ ਹੈ, ਕੋਈ ਨਾ ਕੋਈ ਪੰਜਾਬ ਦੀ ਪੰਜਾਬੀਅਤ ਦੀ ਹੋਂਦ ਨੂੰ ਖਤਮ ਕਰਨ ਦੀ ਸਾਜਿਸ਼ ਹੈ। ਇਸ ਨੂੰ ਪਹਿਚਾਣ ਦੀ ਲੋੜ ਹੈ, ਪਹਿਚਾਣ ਕੇ ਆਪਣੀ ਹੋਂਦ ਨੂੰ ਬਚਾਉਣ ਲਈ ਕਾਰਜ ਕਰਨ ਦੀ ਲੋੜ ਹੈ। ਕਿਵੇਂ ਕਰੀਏ? ਇਕਜੁੱਟ ਹੋਵੇ, ਆਪਣੀ ਪਹਿਚਾਣ ਨੂੰ ਬਚਾਉਣ ਲਈ ਕੰਮ ਕਰੀਏ। ਤੁਸੀਂ ਕੀ ਮੰਨਦੇ ਪਿੱਛੇ ਕਿਹੜੇ ਤਾਕਤਾਂ ਕੰਮ ਕਰ ਰਹੀਆਂ ਇਹਦੇ ਪਿੱਛੇ? ਨਹੀਂ, ਤਖਤ ਤੁਸੀਂ ਗੈਸ ਨਹੀਂ ਕਰ ਸਕਦੇ, ਕੋਈ ਵੀ ਹੋ ਸਕਦਾ ਹੈ, ਆਪਣੇ ਵੱਲੋਂ ਵੀ, ਆਪਣੇ ਨਾਲ ਬੈਠੇ ਲੋਕ ਵੀ ਹੋ ਸਕਦੇ ਨੇ। ਗੈਸ ਨਹੀਂ ਕਰ ਸਕਦੇ, ਕਿਸੇ ਤੋਂ ਥੋਪ ਵੀ ਨਹੀਂ ਸਕਦੇ, ਇਹ ਕਰ ਰਹੇ ਨੇ, ਉਂਗਲੀ ਨਹੀਂ, ਕਿਸੇ ਤੋਂ ਨਹੀਂ ਕਰ ਸਕਦੇ। ਇਸ ਲਈ ਬਸ ਤੁਹਾਨੂੰ ਜੇਕਰ ਮਰੀਜ਼ ਨੂੰ ਸਮਝਣਾ, ਡਾਕਟਰ ਕੀ ਕਰਦਾ ਹੈ ਕਿ ਮਰੀਜ਼ ਨਾਲ ਬਿਮਾਰੀ ਹੈ, ਬਿਮਾਰੀ ਕੀ ਹੈ ਲੱਭਣਾ ਹੈ, ਉਸਦੀ ਇਲਾਜ ਕਰਨਾ, ਸਾਨੂੰ ਬਿਮਾਰੀ ਕਿਵੇਂ ਆਈ, ਕਦੋਂ ਆਈ, ਇਹ ਸਾਰੀ ਇਤਿਹਾਸ ਡਾਕਟਰ ਨੂੰ ਪਰਵਾਹ ਨਹੀਂ ਕਰਦੇ, ਉਹ ਤੁਰੰਤ ਇਲਾਜ ਲਈ ਕੰਮ ਕਰਦੇ ਨੇ। ਇਸ ਲਈ ਪੰਜਾਬ ਦੇ ਵਿੱਚ ਇੱਕ ਬਿਮਾਰੀ ਲੱਗਿਆ ਹੋਇਆ ਹੈ, ਕਾਨੀ ਥੋਪਣਾ, ਲੱਚਰ ਗਾਣਾ ਥੋਪਣਾ, ਪੰਜਾਬ ਦੇ ਹਾਈਵੇ 'ਤੇ ਪੰਜਾਬੀ ਨਾਂ ਲਿਖਣਾ, ਪੰਜਾਬ ਦੇ ਬੱਚੇ ਦੇ ਨਾਂ ਵਿਗਾੜ ਕੇ ਰੱਖਣਾ, ਜਿਵੇਂ ਜਸਪ੍ਰੀਤ ਸਿੰਘ ਹੈ, ਜੱਸੀ ਬਣਾਉਣਾ, ਇਹ ਸਾਰੇ ਸੱਭਿਆਚਾਰ ਜਾਂ ਵਿਰਾਸਤ ਨੂੰ ਖਤਮ ਕਰਨ ਦੀ ਸਾਜਿਸ਼ ਹੈ। ਉਸਨੂੰ ਸਮਝ ਕੇ ਸਾਨੂੰ ਆਲਟਰਨੇਟਿਵ ਕਲਚਰ ਪੈਦਾ ਕਰਨ ਦੀ ਲੋੜ ਹੈ ਕਿ ਜਗਦੀਸ਼ ਸਿੰਘ ਹੈ ਮਾਂ, ਮੈਂ ਰਹਾਂਗਾ, ਕੌਰ ਹਾਂ ਮੈਂ, ਜਸਪ੍ਰੀਤ ਕੌਰ, ਮੈਂ ਕੌਰ ਹੀ ਰਹਿਣਾ ਹੈ, ਮੈਨੂੰ ਜੱਸੀ ਨਹੀਂ ਬਣਨਾ ਹੈ, ਇਹ ਹੋਂਦ ਨੂੰ ਬਚਾਉਣ ਦੀ ਸੰਕੇਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ, ਜੀ ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਇਹ ਸਨ ਸਾਡੇ ਨਾਲ ਪ੍ਰੋਫੈਸਰ ਪੰਡਿਤ ਰਾਓ ਧਰਵਿੰਦਰ ਜੀ, ਜੋ ਪੰਜਾਬੀ ਭਾਸ਼ਾ, ਗੁਰਮੁਖੀ ਦੇ ਭਾਸ਼ਾ ਦੇ ਵਿਸਥਾਰ ਲਈ ਲਗਾਤਾਰ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਅਜਿਹੀ ਇੱਕ ਸ਼ਖਸੀਅਤ ਨੂੰ ਲੈ ਕੇ ਜਿਨ੍ਹਾਂ ਨੇ ਆਪਣੇ ਖੇਤਰ ਦੇ ਵਿੱਚ ਕੋਈ ਵੱਡਾ ਕੰਮ ਕੀਤਾ ਹੋਵੇ।